जी अस्सलाम वालेकुम, क्या हाल है जी तमाम दोस्तों का। उम्मीद करें ना सारे दोस्त ठीक ठाक हो। सो तो दोस्तों, आज सब तो पहले तो मेरी तरफ सारे ना जुम्मा मुबारक, क्योंकि आज का विलॉग जुम्मे वाले दिन स्टार्ट करने का पाया, तो विलॉग का काफ़ी वक्फा भी याद रहा, मैंने समझ आती क्यों आता है। खैर आखिर किसी विलॉग किसी क्यू एन ए वीडियो के रिजन दसागे कि विलॉग मेरा डेली क्यों नहीं आता, उसकी वजह की है। तो हूँ तुम बस इस विलॉग में लाजमी वेखना है, लाजमी एंड तक वेखना है। ਹੁਣ ਅਸੀਂ ਚੱਲੇ ਹਾਂ ਜੁੰਮਾ ਪੜ੍ਹਨ। ਜੁੰਮੇ ਦਾ ਬਿਲਕੁਲ ਟਾਈਮ ਹੋ ਗਿਆ, ਮੈਂ ਇਸ ਵਕਤ ਤੁਹਾਨੂੰ ਐਗਜੈਕਟ ਟਾਈਮ ਵੀ ਦੱਸ ਦਿੰਦਾ। ਸਾਡੇ ਕੋਲ ਜੁੰਮਾ ਆਉਂਦਾ 2 ਵਜੇ, ਅਤੇ ਇਸ ਵਕਤ 1:47 ਹੋ ਗਏ ਨੇ, ਆਲਮੋਸਟ 13 ਮਿੰਟ ਰਹਿ ਗਏ। ਠੀਕ ਹੈ, ਅਤੇ ਹੁਣ ਚੱਲਦੇ ਹਾਂ ਜੁੰਮਾ ਪੜ੍ਹਦੇ ਹਾਂ, ਸਾਡੇ ਨਾਲ ਤੁਸੀਂ ਵੀ ਪੜ੍ਹੋ, ਅਤੇ ਉਸ ਤੋਂ ਬਾਅਦ ਤੁਹਾਨੂੰ ਘੁਮਾਉਂਦੇ ਹਾਂ ਬਹੁਤ ਸਾਰੇ ਜਗ੍ਹਾ, ਅਤੇ ਵਾਜਿਦ ਬਾਈ ਨਾਲ ਹੀ ਸਾਨੂੰ ਮਿਲਵਾਉਂਦੇ ਹਾਂ, ਅਤੇ ਕੁਝ 1-2 ਗੈਸਟ ਹੀ ਆਏ ਨੇ, ਉਹਨਾਂ ਨਾਲ ਹੀ ਸਾਨੂੰ ਲਾਜ਼ਮੀ ਮਿਲਵਾਵਾਂਗੇ। ਅੱਛਾ ਜੀ, ਤੁਸੀਂ ਮਿਲੋ ਇਹਨਾਂ ਮਹਿਮਾਨਾਂ ਨੂੰ, ਅਤੇ ਨਾਲ ਬੈਠੇ ਨੇ ਜਨਾਬ ਵਾਜਿਦ ਭਾਈ, ਅਤੇ ਮੈਂ ਤੁਹਾਨੂੰ ਇਹਨਾਂ ਦਾ ਤਾਰਫ ਕਰਵਾਉਂਦਾ ਜਾਵਾਂ। ਵਾਜਿਦ ਭਾਈ ਦੇ ਨਾਲ ਬੈਠੇ ਨੇ MNA ਪੀਰ ਜ਼ਹੂਰ ਕੁਰੇਸ਼ੀ, ਔਰ ਨਾਲ ਪੀਰ ਲਿਆਕਤ ਕੁਰੇਸ਼ੀ, ਔਰ ਨਾਲ ਪੀਰ ਜ਼ਹੂਰ ਦੇ ਸਾਹਿਬਜ਼ਾਦੇ ਹਨ, ਅਤੇ ਇੱਧੇ ਬੈਠਾ ਮੈਂ। ਅਤੇ ਮੈਂ ਕਿਹਾ ਚਲੋ ਛੋਟਾ ਜਿਹਾ ਕਲਿੱਪ ਬਣਾ ਲਵਾਂ, ਅਤੇ ਤਾਂ ਕਿ ਤੁਹਾਨੂੰ ਦਿਖਾ ਸਕਾਂ। ਮੇਰੀ ਤਾਂ ਖੈਰ ਇਹਨਾਂ ਨਾਲ ਕੋਈ ਗੱਪਸ਼ਪ ਨਹੀਂ, ਮੈਂ ਜਸਟ ਬੈਠ ਕੇ ਉਹਨਾਂ ਦੀਆਂ ਗੱਪਾਂ ਜਿਹੜੀਆਂ ਸਾਰੀਆਂ ਸੁਣੀਆਂ ਨੇ, ਸੁਣਨ ਤੋਂ ਬਾਅਦ ਕੁਛ ਕਲਿੱਪ ਬਣਾਏ ਨੇ, ਉਸ ਤੋਂ ਬਾਅਦ ਵਾਜਿਦ ਬਾਈ ਦੇ ਵਾਸਤੇ ਕੋਈ ਤਸਵੀਰਾਂ ਬਣਾਈਆਂ ਨੇ, ਬਸ ਇਸ ਤੋਂ ਇਲਾਵਾ ਕੁਛ ਵੀ ਨਹੀਂ ਕੀਤਾ। ਇਹ ਪਿੱਛੇ ਸਿਲਵਰ ਪਲੇਟ ਬਟਨ ਦੱਪਛ ਰਿਹਾ ਸੀ, ਔਰ ਮਾਸ਼ਾਅੱਲਾ ਮਾਸ਼ਾਅੱਲਾ ਕਹਿ ਜਾ ਰਿਹਾ ਸੀ, ਅਤੇ ਵਾਜਿਦ ਬਾਈ ਫਿਰ ਦੱਸ ਰਿਹਾ ਸੀ ਕਿ ਸਾਡੇ ਵਾਜਿਦ ਅਲੀ ਬਗਦਾਦੀ ਦਾ ਵੀ ਸਿਲਵਰ ਪਲੇਟ ਬਟਨ ਆ ਚੁੱਕਿਆ, ਬਗਦਾਦੀ ਪ੍ਰੋਡਕਸ਼ਨ ਦਾ ਵੀ ਆ ਚੁੱਕਿਆ, ਮਜ਼ੀਦ ਬਗਦਾਦੀ ਸਟੂਡੀਓ ਦਾ ਆਉਣ ਵਾਲਾ, ਉਸ ਤੋਂ ਬਾਅਦ ਇਨਸ਼ਾਅੱਲਾ 1 ਮਿਲੀਅਨ ਤੋਂ ਬਾਅਦ ਗੋਲਡਨ ਪਲੇ ਬਟਨ ਵੀ ਆਏਗਾ। ਬਸ ਇਸ ਤਰ੍ਹਾਂ ਦੀ ਕੁਛ ਗੱਪਸ਼ੱਪ ਹੋ ਰਹੀ ਸੀ, ਕੁਛ ਮਜ਼ੀਦ ਟੋਪਿਕਸ 'ਤੇ ਗੱਲ ਹੋ ਰਹੀ ਸੀ, ਜਿਹੜਾ ਮੈਂ ਤੁਹਾਨੂੰ ਬਿਲਕੁਲ ਵੀ ਨਹੀਂ ਸੁਣਾ ਸਕਦਾ ਜਾਂ ਸੁਣਾਉਣਾ ਨਹੀਂ ਚਾਹੁੰਦਾ, ਅਤੇ ਮੈਂ ਇਸ ਵਜ੍ਹਾ ਤੋਂ ਇੱਥੇ ਵਾਇਸ ਓਵਰ ਕਰ ਰਿਹਾ, ਔਰ ਹੁਣ ਜਨਾਬ ਮੈਂ ਵਾਇਸ ਓਵਰ ਇੱਥੇ ਕਰੇ ਨਾ ਬੰਦ, ਅਤੇ ਉਸ ਤੋਂ ਬਾਅਦ ਅਗਲਾ ਕਲਿੱਪ ਤੁਸੀਂ ਚੈੱਕ ਕਰੋ। ਟਿਕਟੋਕ ਮੈਂ ਨਾਲ ਫਾਲੋ ਕਰ ਰਿਹਾ। ਅੱਛਾ, ਪੇਜ 1.3 ਮਿਲੀਅਨ ਓਕੇ, ਚਲੋ ਜੀ ਦੋਸਤੋ, ਹੁਣ ਅਸੀਂ ਚੱਲੇ ਹਾਂ ਦਰਬਾਰ 'ਤੇ, ਅਤੇ ਪਹਿਲੇ ਗੈਸਟ ਆਏ ਜਿਹਨਾਂ ਨਾਲ ਤੁਹਾਨੂੰ ਮਿਲਾਇਆ, ਤਾਂ ਹੁਣ ਮਿਲਵਾਉਣਾ ਤੁਹਾਨੂੰ ਵਾਜਿਦ ਭਾਈ। ਅਸਲਾਮ ਵਾਲੇਕੁਮ ਵਾਜਿਦ ਭਾਈ। ਵਾਲੇਕੁਮ ਅਸਲਾਮ ਜਨਾਬ, ਕੈਸੇ ਹੈਂ, ਖੈਰੀਅਤ ਸੇ? ਅੱਛਾ, ਹੁਣ ਚੱਲੇ ਹਾਂ ਦਰਬਾਰ। ਹਾਂ ਜੀ, ਅਲਹਮਦੁਲਿਲਾ, ਜੁਮਾ ਹੈ ਤੋ ਹਮ ਦਰਬਾਰ 'ਤੇ ਜਾ ਰਹੇ ਹਾਂ, ਸਲਾਮ ਕਰੇਂਗੇ, ਆਪਕੋ ਵੀ ਸਲਾਮ ਕਰਵਾਏਂਗੇ। ਓਕੇ ਜੀ, ਅਬ ਤੁਸੀਂ ਰਹਿਣਾ ਸਾਡੇ ਨਾਲ ਨਾ, ਅਤੇ ਹੁਣ ਸਲਾਮ ਤੁਹਾਨੂੰ ਕਰਵਾਉਂਦੇ ਹਾਂ। ਵਾਜਿਦ ਭਾਈ ਗੱਡੀ 'ਚ ਬੈਠਣ ਲੱਗੇ ਨੇ, ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ, ਬਹੁਤ ਜ਼ਿਆਦਾ ਟੈਂਪਰੇਚਰ ਜਿਹੜਾ ਨਹੀਂ ਹਾਈ ਹੋਇਆ। ਆਓ ਜੀ, ਕਿੰਨਾ ਕਿੰਨਾ ਬਹਿਣਾ, ਤੁਸੀਂ ਵੀ ਮੈਨੂੰ ਪਹਿਲਾਂ ਬਹਿਣ ਦਿਓ। ਜੀ ਸੰਗੀਓ, ਅਸੀਂ ਪਹੁੰਚ ਚੁੱਕੇ ਹਾਂ ਅਬਦੁਲ ਹਕੀਮ ਸ਼ਹਿਰ ਦੇ ਵਿੱਚ, ਅਤੇ ਇੱਥੋਂ ਲੈਣਾ ਸੀ ਫੁੱਲ, ਫੁੱਲ ਦੇ 2-3 ਕਿਲੋ ਲੈ ਕੇ ਉਸ ਤੋਂ ਬਾਅਦ ਅਸੀਂ ਜਾਣਾ ਦਰਬਾਰ 'ਤੇ, ਕਿਉਂਕਿ ਉੱਥੇ ਦਰਬਾਰ ਮਜ਼ਾਰ ਦੇ ਉੱਤੇ ਜਿਹੜੇ ਨਹੀਂ ਉਹ ਸੁੱਟਣੇ ਆਉਂਦੇ ਨੇ ਰਵਾਇਤੀ, ਇਹ ਕੋਈ ਪਤਾ ਨਹੀਂ ਸਵਾਬ ਮਿਲਦਾ ਜਾਂ ਕੀ ਹੁੰਦਾ, ਮੈਨੂੰ ਇਸ ਚੀਜ਼ ਦਾ ਇਲਮ ਕੋਈ ਨਹੀਂ ਬਿਲਕੁਲ ਵੀ, ਕਿਉਂਕਿ ਮੈਂ ਇਸ ਚੀਜ਼ ਨੂੰ ਇਤਨਾ ਜ਼ਿਆਦਾ ਐਕਸੈਪਟ ਕਹਿ ਨਹੀਂ ਕਰਿੰਦਾ।
ਬਾਕੀ ਜਨਾਬ ਇੱਥੋਂ ਫੁੱਲ ਲੈ ਕੇ ਵੱਲ ਅਸੀਂ ਹਟ ਸਾਂ ਵਾਪਸੀ ਵਾਪਸੀ ਹਟ ਕੇ ਫਿਰ ਸਿੱਧਾ ਦਰਬਾਰ 'ਤੇ ਵੱਲੋਂ ਤੁਹਾਨੂੰ ਜ਼ਿਆਰਤ ਕਰਵਾਉਂਦੇ ਹਾਂ। ਇਹ ਚੈੱਕ ਕਰੋ ਜੀ, 2 ਕਿਲੋ ਫੁੱਲ ਹੋ ਗਏ, ਹੁਣ ਫੁੱਲ ਲੈ ਕੇ ਵਾਪਸ ਜਾ ਰਿਹਾ ਦਰਬਾਰ ਬਗਦਾਦ ਸ਼ਰੀਫ ਅਬਦੁਲ ਹਕੀਮ ਨੂੰ ਹੁਣ ਵਾਪਸ ਕਰਾਸ ਕਰ ਰਿਹਾ, ਅੱਗੇ ਇੰਟਰ ਹੋਇਆ ਤਾਂ ਹੁਣ ਵਾਪਸ ਕਰਾਸ ਕਰ ਰਿਹਾ। ਅਤੇ ਤੁਸੀਂ ਕਦੀ ਅਬਦੁਲ ਹਕੀਮ ਆਏ ਹੋ ਕਿ ਨਹੀਂ ਆਏ? ਹੁਣ ਇਹ ਇੱਧਰ ਬੈਠੇ ਨੇ ਵਾਜਿਦ ਭਾਈ ਮੋਬਾਈਲ 'ਚ ਕੋਈ ਚੀਜ਼ ਵੇਖ ਰਹੇ ਨੇ, ਅਤੇ ਨਾਲ ਬੈਠਾ ਮੈਂ ਅਤੇ ਨਾਲ ਬੈਠੇ ਨੇ ਜਵੇਦ ਸਾਹਿਬ। ਅਤੇ ਹੁਣ ਅਸੀਂ ਚੱਲਦੇ ਹਾਂ ਦਰਬਾਰ ਬਗਦਾਦ ਸ਼ਰੀਫ, ਬਲਕਿ ਇਹ ਜਿਹੜਾ ਕਲਿੱਪ ਤੁਸੀਂ ਵੇਖ ਰਹੇ ਹੋ ਇਹ ਬਗਦਾਦ ਸ਼ਰੀਫ ਦਾ ਕਲਿੱਪ ਹੈ। ਬਗਦਾਦ ਸ਼ਰੀਫ ਅਸੀਂ ਪਹੁੰਚ ਗਏ ਹਾਂ, ਗੁਲਾਮ ਸਮਦਾਨੀ, ਸ਼ਾਹ ਗਿਲਾਨੀ ਇਹਨਾਂ ਦਾ ਹੀ ਪੀਰ ਹਨ। ਇਹ ਬਗਦਾਦ ਸ਼ਰੀਫ ਦੇ ਦਰਬਾਰ 'ਤੇ ਇਹ ਰੋਡ ਜਾ ਰਿਹਾ, ਇਹ ਮੇਨ ਮਤਲਬ ਕਿ ਇੱਥੇ ਬਸਤੀ ਜਾਈਏ, ਕਈ ਸਾਰੇ ਲੋਕ ਬੈਠੇ ਵੀ ਹਨ, ਬਹੁਤ ਵੱਡਾ ਕਬਰਸਤਾਨ ਹੈ ਅਤੇ ਬਹੁਤ ਖੂਬਸੂਰਤ ਇਲਾਕਾ। ਅਗਰ ਪਰੇ ਨਿਕਲ ਜਾਓ ਤਾਂ ਪਰੇ ਜਿਹੜਾ ਨਹੀਂ ਦਰਿਆ ਹੈ। ਇੱਧਰ ਹੁਣ ਅਸੀਂ ਆ ਰਹੇ ਹਾਂ ਅਬਦੁਲ ਹਕੀਮ ਵਿੱਚੋਂ, ਅਬਦੁਲ ਹਕੀਮ ਵਿੱਚੋਂ ਆ ਕੇ ਹੁਣ ਸਿੱਧਾ ਹੈ ਬਗਦਾਦ ਸ਼ਰੀਫ ਵੱਲ ਜਾ ਰਿਹਾ। ਸਾਹਮਣੇ ਇੱਕ ਸਕੂਲ ਹੈ, ਸਕੂਲ ਤੋਂ ਬਾਅਦ ਇੱਥੇ ਹੁਣ ਇਸ ਮੋੜ ਤੋਂ ਥੋੜ੍ਹਾ ਜਿਹਾ ਅੱਗੇ ਕਰਕੇ ਇੱਕ ਮਸਜਿਦ ਆਉਂਦੀ ਹੈ, ਜਿਹੜੀ ਮਤਲਬ ਕਿ ਡਰੋਨ ਦੇ ਵਿੱਚ ਵੀ ਸ਼ਾਟ ਅਕਸਰ ਉਹਦੇ ਲੈ ਜਾਂਦੇ ਨੇ। ਖੂਬਸੂਰਤ ਮਸਜਿਦ ਹੈ ਅਤੇ ਉਹ ਕਾਫੀ ਮਸ਼ਹੂਰ ਮਸਜਿਦ ਵੀ ਹੈ। ਇਹ ਹੁਣ ਤੁਸੀਂ ਇੱਥੇ ਵੇਖਣਾ, ਕਿਉਂਕਿ ਗੱਡੀ ਦੇ ਵਿੱਚ ਨਾ ਪੂਰੇ ਤਰੀਕੇ ਨਾਲ ਤੁਹਾਨੂੰ ਵਿਊ ਨਹੀਂ ਦੇ ਸਕਦਾ। ਇਹ ਮੇਰੇ ਰਾਈਟ ਸਾਈਡ 'ਤੇ ਇਹ ਸਾਹਮਣੇ ਸਕੂਲ ਹੈ, ਉਹ ਰਾਈਟ ਸਾਈਡ 'ਤੇ। ਹੁਣ ਇੱਥੋਂ ਮੁੜ ਜਾਣਾ ਇਸ ਸਾਈਡ 'ਤੇ, ਇਹ ਮੁੜ ਜਾ ਰਿਹਾ। ਅੱਗੇ ਤੋਂ ਸਿੱਧੇ ਜਾਂਦੇ ਸੀ, ਲੇਕਿਨ ਹੁਣ ਉਹ ਰਸਤਾ ਜਿਹੜਾ ਨਹੀਂ ਉਹ ਛੋੜ ਦਿੱਤਾ। ਹੁਣ ਇੱਧਰ ਜਾ ਕੇ ਨਾ ਅੱਗੋਂ ਹੋ ਕੇ ਅਸੀਂ ਦਰਬਾਰ 'ਤੇ ਪਹੁੰਚ ਜਾਂਦੇ ਹਾਂ। ਆਓ ਜੀ ਆਸਾ ਬਾਈ, ਤੁਸੀਂ ਵੀ ਆ ਗਏ, ਮਾਸ਼ਾ ਅੱਲਾਹ ਦੋਸਤੋ, ਦਰਬਾਰ ਤੇ ਪਹੁੰਚ ਗਏ ਜੀ ਜਨਾਬ, ਖਿਆਲ ਖਰੀਆ ਤੇ ਅਲਹਮਦੁਲਿਲਾਹ, ਤੁਹਾਨੂੰ ਸਲਾਮ ਹੈ, ਫਿਕਰ ਰਹਿੰਦੇ ਸਾਰੇ ਦੋਸਤ। ਚਲੋ ਭਾਈ ਨੇ ਫੜ ਲੈਣ ਮੇਰੇ ਕੋਲੋਂ ਸਾਰੇ ਮੁਲਾਕਾਤ, ਬੜੀ ਗਰਮ ਹੈ ਯਾਰ, ਜਲਦੀ ਜਲਦੀ ਫਾਸਟ ਦਰਬਾਰ ਮਾਸ਼ਾ ਅੱਲਾਹ। ਚੰਗਾ ਰਹਿ ਗਿਆ, ਚੰਗਾ ਰਹਿ ਗਿਆ। Shahabi mein duwar aate hain।
ਦੋਸਤੋ ਵਾਜਿਦ ਬਾਈ ਅੰਦਰ ਸਲਾਮ ਕਰ ਲਿਆ, ਮੈਂ ਵੀ ਸਲਾਮ ਕਰ ਲਿਆ ਤੇ ਹੁਣ ਵਾਜਿਦ ਬਾਈ ਫੈਨ ਨਾਲ ਤਸਵੀਰਾਂ ਬਣਾਉਂਦਾ ਪਿਆ। ਉਹ ਕੀ ਹਾਲ ਜੀ, ਬੜਾ ਗਰਮ ਹੋ ਗਿਆ, ਜਲਦੀ ਮਿਲ ਤੇ ਚੱਲ ਗਾ। ਇੱਥੋਂ ਕਿਤਨਾ ਪਿਆਰਾ ਵਿਊ ਆ ਰਿਹਾ ਦਰਬਾਰ ਦਾ, ਮਾਸ਼ਾਅੱਲਾ। ਇਹ ਪੂਰਾ ਸੀਨ ਬਹੁਤ ਘਣੀਆਂ ਢਾਲੀਆਂ ਨੇ ਯਾਰ, ਕਿਆ ਬਾਤ ਹੈ। ਬੜੇ ਸਾਰੇ ਜਿਹੜੇ ਨੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਸਿਰਫ ਇੱਥੇ ਵਾਜਿਦ ਬਾਈ ਨੂੰ ਮਿਲਣ ਵਾਸਤੇ। ਅਤੇ ਹੁਣ ਸਾਰੇ ਜਿਹੜੇ ਨੇ ਅਜੇ ਤਸਵੀਰਾਂ ਬਣਾਉਂਦੇ ਪਏ ਨੇ, ਹੁਣ ਤਾਂ ਬਚ ਕੇ ਆਉਣਾ ਪਊ ਸੀ। ਬੜੀ ਠੰਡੀ ਗਰਮ ਜਗ੍ਹਾ, ਪਹਿਲੇ ਐਂਟਰੀ ਆਉਂਦੀ ਸੀ ਇਸ ਗੇਟ 'ਚੋਂ, ਹੁਣ ਨਵਾਂ ਬਣ ਗਿਆ ਉਸ ਵਕਤ। ਗਰਮ ਜਗ੍ਹਾ ਵਾਹ, ਤੇਰੀ ਮੁਸ਼ ਦੀ ਕਿਆ ਬਾਤ, ਮੁਸ਼ ਨਹੀਂ ਤੇ ਕੁਛ ਵੀ। ਜਦੋਂ ਮਲਾਂਗਾ ਸਪੀਤੀ ਨਾ ਉਹਦਾ ਵੀਡੀਓ ਦੀ ਗਾ ਥੋੜੇ ਪਿੱਛੇ ਚੱਲ ਬੜੀਆਂ ਦੇ ਚੱਲ। ਕੀ ਹਾਲ ਹੈ, ਕੀ ਹਾਲ ਹੈ ਤੇਰੇ? ਅਲਹਮਦੁਲਿਲਾ ਠੀਕ ਠਾਕ ਹੈ। ਅੱਲਾ ਤੁਸੀਂ ਵਲੌਗ, ਅੱਲਾ ਪਾਕ ਵਾਲੇ ਵਲੌਗ ਨੂੰ ਕਾਮਯਾਬ ਕਰੇ। ਸ਼ੁਕਰੀਆ ਸ਼ੁਕਰੀਆ। ਉਹ ਗਲਤੀ ਨਹੀਂ ਕੀਤੀ ਵਾਲਾ ਇਹਨੇ, ਉਹ ਵੀ ਨਹੀਂ ਜਾਂਦੇ ਅੱਜ ਵਲੌਗ ਹੈ ਤੂੰ ਆ ਫਿਰਾਵਾਂ ਨਹੀਂ ਨਹੀਂ।
ਜੀ ਦੋਸਤੋ ਹੁਣ ਦਰਬਾਰ ਤੋਂ ਹਟ ਕੇ ਜਾ ਰਹੇ ਹਾਂ, ਵਾਜਿਦ ਭਾਈ ਦੇ ਵਾਲਿਦ ਸਾਹਿਬ ਦੀ ਕਬਰ ਹੈ ਉੱਥੇ ਜਾ ਰਹੇ ਹਾਂ। ਇਸ ਸਾਈਡ 'ਤੇ ਹੈ ਵਿਊ, ਉਹ ਅੱਗੇ ਕਰਕੇ ਦਰਬਾਰ ਹੈ, ਮਤਲਬ ਨਜ਼ਾਰ ਹੈ ਵਾਜਿਦ ਭਾਈ ਦੇ ਵਾਲਿਦ ਸਾਹਿਬ ਦਾ। ਇੱਥੇ ਤਾਂ ਕਬਰ ਨਵੀਂ ਬਣ ਗਈ, ਹੁਣ ਰਸਤਾ ਇਹ ਨਵੀਂ ਬਣ ਗਈ ਇੱਥੇ ਰਸਤਾ ਜਿਹੜਾ ਨਹੀਂ, ਅਸੀਂ ਕਾਫੀ ਦਿਨ ਜਿਹੜੇ ਨਹੀਂ ਕੋਈ ਨਹੀਂ ਆਏ, ਇਸ ਵਜ੍ਹਾ ਤੋਂ ਜਿਹੜਾ ਨਹੀਂ ਹੁਣ ਚੇਂਜ ਮਲੂਮ ਹੁੰਦਾ ਪਿਆ। ਅੱਗੇ ਤੂੰ ਗੁਜ਼ਰਦੇ ਆ ਉੱਥੇ, ਉਹ ਦਰਬਾਰ ਤੇ ਮਿਲ ਲਿਆ ਸਾਡੀ ਰਵੀ, ਮਿਲ ਲਿਆ ਨਸੀਬ ਤੁਹਾਡੇ ਲਿਖੇ ਰੱਬ ਨੇ। ਪੂਰੇ ਬਗਦਾਦ ਦਾ ਕਬਰਸਤਾਨ ਹੈ, ਪੂਰੇ ਬਗਦਾਦ ਦੀ ਜਿਹੜੀ ਬਸਤੀ ਹੈ ਨਾ, ਮਤਲਬ ਕਿ ਜਿਤਨਾ ਵੀ 100 ਮੁਰੱਬੇ ਦਾ ਜਾਂ ਪਤਾ ਨਹੀਂ ਕਿਤਨੇ ਮੁਰੱਬੇ ਦਾ, ਉਹ ਸਾਰਿਆਂ ਦੇ ਇੱਥੇ ਦਫ਼ਨ ਹੁੰਦੇ ਨੇ। ਪੂਰਾ ਬਹੁਤ ਵੱਡਾ ਏਰੀਆ ਉਸ ਸਾਈਡ 'ਤੇ, ਉੱਧਰ ਲੰਬਾ ਰੋਟੀ ਆਈ, ਰੋਟੀ ਚਾਹੀਦੀ। ਸਾਡੀ ਬਣ ਗਈ ਚਲੋ, ਕੌਣ ਚਾਹ ਖਲਾ, ਕੌਣ ਚਾਹ ਖਲਾ ਚਾਚੇ ਕੋਲ। ਜੀ ਦੋਸਤੋ ਸਲਾਮ ਹੋ ਗਿਆ, ਹੁਣ ਅਸੀਂ ਚੱਲ ਰਹੇ ਹਾਂ ਦਰਬਾਰ ਤੋਂ ਵਾਪਸ ਘਰ, ਫਿਰ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ। ਬਹੁਤ ਜ਼ਿਆਦਾ ਗਰਮੀ ਹੈ, ਦਿਲ ਨਹੀਂ ਕਰਦਾ ਮੈਂ।
ਜੀ ਦੋਸਤੋ ਕੱਲ ਗੱਡੀ 'ਚ ਮੈਂ ਬੈਠਾ, ਸਾਰੇ ਬਾਈ ਨਿਕਲ ਗਏ ਨੇ, ਵਾਜਿਦ ਬਾਈ ਵੀ ਨਿਕਲ ਗਏ, ਮੈਂ ਬੈਠਾ, ਡਰਾਈਵਰ ਵੀ ਨਿਕਲ ਗਏ ਨੇ, ਅਤੇ ਨਾਲ ਦਾ ਮੈਨੇਜਰ ਗਏ ਨੇ ਅਸਲ ਬੈਕਰੀ 'ਚ, ਅਤੇ ਤੁਹਾਨੂੰ ਇੱਥੋਂ ਵਿਖਾ ਦੇਵਾਂ ਬੈਕਰੀ ਤਾਂ ਨਜ਼ਰ ਆ ਰਹੀ ਸੀ, ਨਜ਼ਰ ਆ ਰਹੀ ਹੈ, ਕੋਈ ਨਾ ਦੱਸੋ ਮੈਨੂੰ। ਅਲ ਹਨੀਫ ਬੈਕਰੀ ਚੌਂਕ ਦੇ ਵਿੱਚ ਉੱਥੋਂ ਕੋਈ ਸਮਾਨ ਲੈਣਾ ਹੈ ਵਾਜਿਦ ਬਾਈ ਨੇ, ਅਤੇ ਉਹ ਲੈ ਰਹੇ ਨੇ, ਬਾਕੀ ਮੈਂ ਬੈਠਾ ਗੱਡੀ 'ਚ, ਕਿਉਂਕਿ ਮੇਰੇ ਹੱਥ 'ਚ ਥੋੜ੍ਹਾ ਜਿਹਾ ਸਮਾਨ ਹੈ, ਜਲੇਬੀ ਮਿੱਠੀ ਮਿੱਠੀ। ਆਏ ਹੋਏ ਕਿਆ ਬਾਤ ਹੈ, ਬੰਦਾ ਜਨਾਬ ਬੜੀ ਖੂਬਸੂਰਤ ਜੀ ਇੱਕ ਬੋਟਲ ਦੇ ਗਿਆ, ਮੇਰੀ ਬੜੀ ਪਸੰਦ ਪੀਚ, ਪੀਚ ਵੀ ਅੱਛੀ ਹੈ, ਵੇਖੋ ਪੀਚ ਹੈ, ਪੀਚ ਫਲੇਵਰ, ਲੇਕਿਨ ਮੈਂ ਇਸ ਦੇ ਵਿੱਚ ਮਾਲਟ, ਲੈਮਨ, ਲੈਮਨ ਮਾਲਟ ਉਹ ਜਿਹੜੀ ਜ਼ਿਆਦਾ ਪੀਂਦਾ ਨਾ, ਖੈਰ ਇਹਦਾ ਟੇਸਟ ਵੀ ਹੋ ਜਾਏ, ਪੀ ਕੇ ਵੇਖਦੇ ਕੈਸੀ ਹੈ, ਤੁਸੀਂ ਪੀਣੀ ਤਾਂ ਪਹਿਲੇ ਪੀਓ, ਲਾਓ ਜ਼ਰਾ ਹੁਣ ਮੈਂ ਲਾ ਲਿਆ। ਚਸ ਆ ਗਈ ਇਸ ਗਰਮੀ ਦੇ ਵਿੱਚ, ਚਸ ਆ ਗਈ ਜੀ ਮੇਰੇ ਪਿਆਰੇ ਅਜ਼ੀਜ਼ੋ। ਦੋਸਤੋ ਅਸੀਂ ਦਰਬਾਰ ਤੋਂ ਆ ਗਏ ਹਾਂ ਘਰ, ਬਖਦਾ ਦੀ ਹਾਊਸ ਪਹੁੰਚ ਚੁੱਕੇ ਹਾਂ, ਪਰ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਾਂ ਕਿ ਮੈਂ ਜਾਣਾ ਸੀ ਘਰ, ਲੇਕਿਨ ਕੋਈ ਨਹੀਂ ਗਿਆ, ਸੁਬਾਹ ਇਨਸ਼ਾਅੱਲਾ ਘਰ ਜਾ ਸਾਂ, ਉਹ ਵੀ ਵਲੌਗ ਬਣਾ ਸਾਂ, ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰ ਸਾਂ, ਅਤੇ ਰਿਐਕਸ਼ਨ ਵੇਖਾਂਗੇ, ਇੰਪਰੈਸ਼ਨ ਐਕਸਪ੍ਰੈਸ਼ਨ ਹੀ ਵੇਖਾਂਗੇ ਕਿ ਕੀ ਉਹਨਾਂ ਦੇ ਹਿੰਦ, ਕਿਉਂਕਿ ਮੈਂ ਜਾ ਰਿਹਾ ਤਕਰੀਬਨ ਪੰਜ ਮਹੀਨੇ ਬਾਅਦ। ਚਲੋ ਹੁਣ ਵਾਜਿਦ ਬਾਈ ਦੇ ਨਾਲ ਕੋਈ ਮਹਿਮਾਨ ਬੈਠੇ ਨੇ, ਚਲੋ ਮੈਂ ਬਾਹਰ ਹੀ ਆਪਣਾ ਆਊਟਰ ਸ਼ੂਟ ਕਰ ਲੈਣਾ, ਅਤੇ ਅੱਜ ਦਾ ਵਲੌਗ ਅਗਰ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਇਸ ਨੂੰ ਜ਼ਰੂਰ ਲਾਈਕ ਕਰ ਦੇਣਾ, ਔਰ ਆਪਣੇ ਦੋਸਤਾਂ ਵਿੱਚ ਜ਼ਰੂਰ ਸ਼ੇਅਰ ਕਰਨਾ, ਕਿਉਂਕਿ ਇਸ ਚੈਨਲ 'ਤੇ ਔਰੰਗਜ਼ੇਬ ਅਫੀਸ਼ੀਅਲ 'ਤੇ ਤੁਹਾਨੂੰ ਇਸ ਤਰ੍ਹਾਂ ਦੇ ਵਲੌਗ ਹੋਰ ਵੀ ਵੇਖਣ ਨੂੰ ਮਿਲਣਗੇ। ਫਿਰ ਮਿਲਦੇ ਅਗਲੇ ਵਲੌਗ, ਤਦ ਤੱਕ ਮੈਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼।